ਸਵਾਗਤ ਹੈ, ਵੈਲਕਮ ਜੀ। ਬਹੁਤ ਮਿਹਰਬਾਨੀ ਸਿੰਘ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ, ਅਤੇ ਸਾਡੇ ਸਾਰੇ ਹੀ ਪਰਿਵਾਰਕ ਮੈਂਬਰਾਂ ਨੂੰ ਪਿਆਰ ਭਰੀ ਤਨਿਕੀ ਸਤਿ ਸ਼੍ਰੀ ਅਕਾਲ ਹੈ ਜੀ। ਅਤੇ ਖਬਰਾਂ ਦਾ ਵੇਰਵਾ ਇਹ ਜੀ ਕਿ ਪੰਜਾਬ ਦੇ ਸੰਸਦ ਮੈਂਬਰ ਕੱਲ੍ਹ ਨੂੰ ਚੁੱਕਣਗੇ ਸਹੁੰ, ਪਰ ਅੰਮ੍ਰਿਤਪਾਲ ਸਿੰਘ ਨਹੀਂ ਚੁੱਕ ਸਕੇਗਾ। 16 ਜਣਿਆਂ ਦੇ ਨਾਮਜ਼ਦਗੀ ਕਾਗਜ਼ ਸਹੀ ਪਾਏ ਗਏ ਅਤੇ 7 ਦੇ ਹੋਏ ਜਲੰਧਰ ਦੇ ਵਿੱਚ ਰੱਦ। ਪ੍ਰਤਾਪ ਸਿੰਘ ਬਾਜਵਾ ਦੇ ਬਿਆਨ ਦੇ ਉੱਤੇ ਪਿਆ ਰਿੜਕਾ। ਦਿੱਲੀ ਦੇ ਮੰਤਰੀ ਆਤਸ਼ੀ ਦੀ ਭੁੱਖ ਹੜਤਾਲ ਜਾਰੀ, ਭਾਰ ਘਟਿਆ। ਪੰਜਾਬ ਦੇ ਰਾਜਪਾਲ ਨੇ ਕੀਤੀ ਗ੍ਰਹਿ ਮੰਤਰੀ ਨਾਲ ਮੁਲਾਕਾਤ। ਦਰਬਾਰ ਸਾਹਿਬ ਦੇ ਵਿੱਚ ਯੋਗਾ ਕਰਨ ਵਾਲੀ ਕੁੜੀ ਨੂੰ ਸੁਰੱਖਿਆ ਮਿਲੀ। ਜਲੰਧਰ ਜ਼ਿਮਨੀ ਚੋਣ ਦੇ ਲਈ ਅਖਾੜਾ ਭਖਿਆ। ਅਕਾਲੀ ਦਲ ਦੇ ਵਿੱਚ ਫੁੱਟ ਦੀਆਂ ਖਬਰਾਂ ਨੇ ਵਰਕਰ ਕੀਤੇ ਪਰੇਸ਼ਾਨ। ਹਿਮਾਚਲ ਤੇ ਪੰਜਾਬ ਦੇ ਟੈਕਸੀ ਡਰਾਈਵਰਾਂ ਨੇ ਕੀਤਾ ਸਾਂਝਾ ਫੈਸਲਾ। ਵਟਸਐਪ ਕਾਲ ਦੇ ਉੱਤੇ ਮੰਗੀ ਫਰੋਤੀ, ਹੋਮਗਾਰਡ ਦਾ ਜਵਾਨ ਸਮੇਤ 3 ਜਣੇ ਗ੍ਰਿਫਤਾਰ। ਤੇ ਆਖਰੀ ਖਬਰ ਪੰਜਾਬ ਦੇ ਵਿੱਚ, ਧੋਨੇ ਦੀ ਲਵਾਈ ਜ਼ੋਰਾਂ ਤੇ। ਹੁਣ ਹਾਜ਼ਰ ਹੈ ਪੰਜਾਬ ਦੀ ਖਬਰਸਾਰ ਅਤੇ ਦਿੱਲੀ ਦਰਬਾਰ ਦੇ ਚਲੰਤ ਮਾਮਲਿਆਂ ਤੇ ਵਿਚਾਰ। ਸੁਟਣਾ ਜੀ, ਕੱਲ੍ਹ ਨੂੰ ਫਿਰ ਨਵੇਂ ਜਿਹੜੇ ਪੰਜਾਬ ਦੇ ਐਮ ਪੀ ਚੁਣੇ ਗਏ ਉਹ ਸਹੁੰ ਚੁੱਕਣਗੇ, ਪਰ ਅੰਮ੍ਰਿਤਪਾਲ ਸਿੰਘ ਨੂੰ ਕੀ ਦੱਸਿਆ ਗਿਆ, ਉਹ ਕਿਉਂ ਨਹੀਂ ਚੁੱਕਣਗੇ ਜਾਂ ਕਿ ਜੇਲ੍ਹ 'ਚ ਚੁੱਕਣਗੇ? ਦੇਖੋ ਜੀ, ਪਹਿਲੀ ਗੱਲ ਤਾਂ ਇਹ ਆ ਵੀ ਅੱਜ ਵੀ ਕੁਝ ਨੇ ਸਹੁੰ ਚੁੱਕੀ ਆ, ਕੱਲ੍ਹ ਨੂੰ ਵੀ ਚੁੱਕਣੀ ਆ, ਪਰਸੋਂ ਵੀ ਚੁੱਕਣੀ ਆ, ਯਾਨੀ ਕਿ ਕੋਈ ਦਿਨਾਂ ਦੇ ਵਿੱਚ ਇਹ ਸਹੁੰ ਚੁੱਕ ਸਮਾਗਮ ਸੰਪੰਨ ਹੋਣਾ। 543 ਮੈਂਬਰਾਂ ਦੇ ਵੱਲੋਂ ਇੱਕੋ ਦਿਨ ਤਾਂ ਚੁੱਕੀ ਨਹੀਂ ਜਾ ਸਕਦੀ। ਦੂਜੀ ਗੱਲ, ਪੰਜਾਬ ਦੇ ਮੈਂਬਰਾਂ ਦੀ ਜਿਹੜੇ ਸੰਸਦ ਮੈਂਬਰ ਆ ਉਹਨਾਂ ਦੀ ਵਾਰੀ ਕੱਲ੍ਹ ਨੂੰ ਆ, ਉਹਦੇ ਵਿੱਚ ਅੰਮ੍ਰਿਤਪਾਲ ਵੀ ਸ਼ਾਮਿਲ ਆ। 13 ਜਣੇ ਪੰਜਾਬ ਦੇ ਸੰਸਦ ਮੈਂਬਰ ਆ ਜਿਹੜੇ, ਉਹਨਾਂ 13 ਨੂੰ ਫੋਨ ਦੇ ਉੱਤੇ ਟੱਲੀਆਂ ਖੜਕ ਗਈਆਂ, ਕਿਉਂਕਿ ਜਿਹੜਾ ਮੈਂਬਰ ਪਾਰਲੀਮੈਂਟ ਆ ਉਹ ਆਪਣਾ ਜਿਹੜਾ ਨਿੱਜੀ ਪਰਸਨਲ ਨੰਬਰ ਜਾਂ ਓਫੀਸ਼ੀਅਲ ਨੰਬਰ ਜਿਹੜਾ ਜਮ੍ਹਾਂ ਕਰਵਾਉਂਦਾ ਤੇ ਉਹਦੇ ਉੱਤੇ ਫੋਨ ਦੀ ਟੱਲੀ ਖੜਕਦੀ ਆ। ਸੋ ਇੱਥੇ ਪਤਾ ਲੱਗਾ ਜੀ ਕਿ ਫੋਨ ਦੀ ਟੱਲੀ ਆ ਜਿਹੜੀ ਖੜਕੀ ਆ ਅੰਮ੍ਰਿਤਪਾਲ ਦੀ ਵੀ, ਪਰ 12 ਜਣੇ ਕੱਲ੍ਹ ਨੂੰ ਸਹੁੰ ਚੁੱਕਣਗੇ 13 ਦੇ ਵੱਲੋਂ ਤਾਂ ਨਹੀਂ ਚੁੱਕੀ ਜਾਣੀ, ਕਿਉਂਕਿ ਅੰਮ੍ਰਿਤਪਾਲ ਤਾਂ ਇਸ ਵੇਲੇ ਜੇਲ੍ਹ ਦੇ ਵਿੱਚ ਆ। ਅੱਜ ਅੰਮ੍ਰਿਤਪਾਲ ਦੇ ਵਕੀਲ ਰਾਜਦੇਵ ਸਿੰਘ ਖਾਲਸਾ ਨੇ ਗੱਲ ਕਹੀ ਆ ਕਿ ਕੋਈ ਵੀ ਉੱਥੇ ਸਾਨੂੰ ਕੋਈ ਜਾਣਕਾਰੀ ਨਹੀਂ ਮਿਲੀ, ਨਾ ਪੁਲਿਸ ਦੇ ਵੱਲੋਂ ਨਾ ਅਦਾਲਤ ਦੇ ਵੱਲੋਂ ਕੋਈ ਕਾਨੂੰਨੀ ਜਾਣਕਾਰੀ ਆ। ਸੋ ਅੰਮ੍ਰਿਤਪਾਲ ਤੋਂ ਬਿਨਾਂ 12 ਦੇ 12 ਜਣੇ ਸਹੁੰ ਚੁੱਕਣਗੇ। ਅਗਲੀ ਗੱਲ ਇਹ ਵੀ ਜਦੋਂ ਵੀ ਅੰਮ੍ਰਿਤਪਾਲ ਨੂੰ ਜ਼ਮਾਨਤ ਮਿਲੀ, ਜਦੋਂ ਵੀ ਇੱਕ ਦਿਨ ਦੀ ਛੁੱਟੀ ਮਿਲੀ, ਜਦੋਂ ਵੀ ਇਹੋ ਜਿਹਾ ਕੋਈ ਪ੍ਰਬੰਧ ਹੋਇਆ, ਉਹ ਭਾਵੇਂ ਮਹੀਨੇ ਨੂੰ ਹੋਵੇ, ਭਾਵੇਂ 4 ਦਿਨਾਂ ਨੂੰ ਹੋਵੇ, ਭਾਵੇਂ 2 ਮਹੀਨਿਆਂ ਨੂੰ ਹੋਵੇ, ਭਾਵੇਂ 2 ਹਫ਼ਤਿਆਂ ਨੂੰ ਹੋਵੇ, ਅੰਮ੍ਰਿਤਪਾਲ ਉਦੋਂ ਸਹੁੰ ਚੁੱਕੂਗਾ। ਫਿਲਹਾਲ ਇਹਦੇ ਬਾਰੇ ਕੋਈ ਜਾਣਕਾਰੀ ਨਹੀਂ ਆਈ। 12 ਜਣੇ ਕੱਲ੍ਹ ਨੂੰ ਸਹੁੰ ਚੁੱਕਣਗੇ। ਅੱਛਾ, ਦਰਬਾਰ ਸਾਹਿਬ ਦੇ ਵਿੱਚ ਯੋਗਾ ਕਰਨ ਵਾਲੀ ਜਿਹੜੀ ਡਿਜ਼ਾਈਨਰ ਫੈਸ਼ਨ ਵਾਲੀ ਲੜਕੀ ਸੀ ਅਰਚਨਾ ਮਕਵਾਨਾ, ਉਹਦਾ ਕੀ ਬਣਿਆ ਹੁਣ? ਦੇਖੋ ਜੀ, ਉਸ ਕੁੜੀ ਦੇ ਵੱਲੋਂ ਨਾ ਅੱਜ ਇਹ ਜਾਣਕਾਰੀ ਦਿੱਤੀ ਗਈ ਆ। ਉਹ ਕਹਿੰਦੀ ਜੀ ਕਿ ਮੈਨੂੰ ਰੇਪ ਦੀਆਂ ਤੇ ਮੈਨੂੰ ਜਾਨੋ ਮਾਰਨ ਦੀਆਂ ਲਗਾਤਾਰ ਧਮਕੀਆਂ ਮਿਲ ਰਹੀਆਂ। ਉਹ ਜਿਹੜੀ ਕੁੜੀ ਆ ਉਹ ਇਹ ਗੱਲ ਕਹਿੰਦੀ ਜੀ ਕਿ ਮੇਰੇ ਕੋਲੋਂ ਗਲਤੀ ਹੋ ਗਈ ਤੇ ਮੈਂ ਇਸ ਗਲਤੀ ਦੇ ਲਈ ਮਾਫ਼ੀ ਮੰਗਦੀ ਹਾਂ। ਪਰ ਇਸ ਗੱਲ ਦੇ ਉੱਤੇ ਬਹੁਤ ਵੱਡੀ ਪ੍ਰਤੀਕਿਰਿਆ ਆਈ ਆ। ਹੁਣ ਲੋਕਾਂ ਦਾ ਇਹ ਕਹਿਣਾ ਵੀ ਇਹ ਜਾਣਬੁੱਝ ਕੇ ਸ਼ਰਾਰਤ ਦਾ ਹਿੱਸਾ ਹੈਗਾ। ਲੋਕ ਇਹ ਗੱਲ ਕਹਿੰਦੇ ਆ ਵੀ ਭਾਈ ਮੰਨ ਲਓ, ਮੈਂ ਵੀ ਇਹ ਗੱਲ ਸੋਚਣਾ ਵੀ ਮੰਨ ਲਓ ਕਿ ਅਸੀਂ ਕੱਲ੍ਹ ਨੂੰ ਜਾਈਏ ਜੀ ਅਯੋਧਿਆ ਦੇ ਵਿੱਚ ਜਾਈਏ, ਤੇ ਸਾਨੂੰ ਇਹਨਾਂ ਦਾ ਪਤਾ ਹੀ ਹੈ ਕਿ ਭਾਈ ਅਸੀਂ ਉੱਥੇ ਕਿਵੇਂ ਰਹਿਣਾ, ਉਹਦੀ ਮਰਿਆਦਾ ਕੀ ਆ, ਮਰਿਆਦਾ ਦਾ ਖਿਆਲ ਕਿਵੇਂ ਰੱਖਣਾ ਹੈਗਾ। ਪਰ ਇੱਥੇ ਮਰਿਆਦਾ ਦਾ ਖਿਆਲ ਨਾ ਰੱਖਣ ਦੀ ਗੱਲ ਬਹੁਤ ਵੱਡੇ ਪੱਧਰ ਦੇ ਉੱਤੇ ਉੱਭਰੀ ਹੈ। ਦੂਜੀ ਗੱਲ ਇਹ ਹੈ ਵੀ ਉਹ ਇੱਕ ਇਨਫਲੂਐਂਸਰ ਆ, ਉਹਦੇ ਵੱਲੋਂ ਸ਼ਾਇਦ ਇਹ ਸਾਰਾ ਕੁਝ ਤਾਂ ਕੀਤਾ ਗਿਆ ਹੋਵੇ ਵੀ ਭਾਈ ਵਾਇਰਲ ਹੋਣ ਦਾ ਕੰਟੈਂਟ ਇੱਦਾਂ ਮਿਲਦਾ ਹੈਗਾ। ਤੀਜੀ ਗੱਲ ਇਹ ਵੀ ਜੇ ਕਿਸੇ ਨੇ ਯੋਗਾ ਕਰਨਾ ਹੀ ਆ, ਉਹ ਬੰਦਾ ਬਾਹਰ ਆ ਕੇ ਕੰਪਲੈਕਸ ਦੇ ਵਿੱਚ ਵੀ ਕਰ ਸਕਦਾ, ਕਿਸੇ ਹੋਰ ਥਾਂ ਤੇ ਵੀ ਕਰ ਸਕਦਾ, ਉਹਨੇ ਨਹੀਂ ਕੀਤਾ। ਚੌਥੀ ਗੱਲ ਇਹ ਆ ਵੀ ਜਿਹੋ ਜਿਹੀ ਯੋਗਾ ਕਰਨ ਵਾਲੀ ਲੋਕ ਵੀ ਉਹੋ ਜਿਹੇ ਆ, ਉਹਨੇ ਪਤਾ ਲੱਗਾ ਜੀ ਉੱਥੇ ਉਹਨੇ ਕਿਸੇ ਨੂੰ ਕਿਹਾ ਜੀ ਆਹ ਲਓ ਮੇਰਾ ਮੋਬਾਈਲ ਤੇ ਆਹ ਮੇਰੀਆਂ ਫੋਟੋਆਂ ਖਿੱਚਿਓ, ਤੇ ਬੰਦਿਆਂ ਨੇ ਫੋਟੋਆਂ ਖਿੱਚ ਰਹੀਆਂ। ਪਰ ਕਰਮਾਂ ਦੇ ਵਿੱਚ ਇੱਦਾਂ ਤਾਂ ਕਦੇ ਵੀ ਨਹੀਂ ਹੁੰਦਾ ਸਿੰਘ ਸਾਹਿਬ,
ਵੀ ਭਾਈ ਉੱਥੇ ਕੋਈ ਬੰਦਾ ਨਾ ਹੋਵੇ, ਉੱਥੇ ਕੋਈ ਕਹਿ ਗਿਆ ਵੀ ਭਾਈ ਇੰਨੇ ਤੋਂ ਇੰਨੇ ਵਜੇ ਤੱਕ ਬੰਦਾ ਕੋਈ ਹੁੰਦਾ ਨੀਗਾ। ਸੋ ਇੱਥੇ ਆਪੋ ਆਪਣੀ ਥਾਂ ਦੇ ਉੱਤੇ ਕਈ ਬੰਦੇ ਗਲਤ ਹੈਗੇ ਆ। ਸੋ ਸ਼੍ਰੋਮਣੀ ਕਮੇਟੀ ਵੀ ਗਲਤ ਆ, ਉਹਦੇ ਪ੍ਰਬੰਧਕ ਗਲਤ ਆ, ਕਿਉਂਕਿ ਦੇਖੋ ਗੱਲ ਇਹ ਆ ਵੀ ਜੇ ਤਾਂ ਕਿਸੇ ਦਾ ਸਿਰ ਨਾ ਢੱਕਿਆ ਹੋਵੇ ਤਾਂ ਬਰਛੇ ਵਾਲੇ ਸਿੰਘ ਉਹਦੇ ਹੀ ਆ ਜਾਂਦੇ ਆ, ਜਾਂ ਢੱਕੋ ਵੀ ਸਿਰ ਢੱਕੋ, ਸਿਰ ਨਹੀਂ ਢੱਕਦੇ। ਇੱਥੇ ਭਾਈ ਉਹ ਸੀਰ ਸ਼ਾਸਨ ਕਰੀ ਜਾਂਦੀ ਆ, ਤੇ ਭਾਈ ਉਹਦੇ ਪੈਰ ਤਾਂ ਨੂੰ ਹੈਗੇ ਤੇ ਸਿਰ ਉਹਦਾ ਸਾਹ ਨੂੰ ਹੈਗਾ, ਤੇ ਇਸ ਗੱਲ ਦਾ ਪਤਾ ਹੀ ਨਹੀਂ ਕਿਸੇ ਨੂੰ ਵੀ ਭਾਈ ਇੱਥੇ ਨੂੰ ਰੋਕਣਾ ਵੀ ਹੈਗਾ। ਸੋ ਗੱਲ ਵੀ ਇਹਦੇ ਵਿੱਚ ਕਈ ਤਰ੍ਹਾਂ ਦੀਆਂ ਗੜਬੜੀਆਂ, ਕਈ ਤਰ੍ਹਾਂ ਦੀਆਂ ਗਲਤੀਆਂ ਹੈਗੀਆਂ, ਪਰ ਇਸ ਕੁੜੀ ਦੇ ਉੱਤੇ 295 ਇਹਦੇ ਤਹਿਤ ਪਰਚਾ ਦਰਜ ਹੋ ਗਿਆ ਜੀ। ਇਹ ਬੇਸਿਕਲੀ ਫੈਸ਼ਨ ਡਿਜ਼ਾਈਨਰ ਆ ਕੁੜੀ? ਨਹੀਂ ਜੀ, ਇਹ ਫੈਸ਼ਨ ਡਿਜ਼ਾਈਨਰ ਵੀ ਆ, ਪਰ ਇਹ ਜਿਵੇਂ ਅੱਜ ਕੱਲ ਇਨਫਲੂਐਂਸਰ ਹੁੰਦੇ ਆ ਜਿਹੜੇ ਕਿ ਕੰਟੈਂਟ ਪਾਉਂਦੇ ਆ ਆਪਦਾ, ਵਾਇਰਲ ਵੀਡੀਓ ਬਣਾਉਂਦੇ ਆ, ਇਹ ਉਸ ਕਿੱਤੇ ਦੇ ਨਾਲ ਵੀ ਜੁੜੀ ਹੋਈ ਹੈ ਜੀ। ਤੇ ਪ੍ਰਤਾਪ ਸਿੰਘ ਬਾਜਵਾ ਨੇ ਕੀ ਬਿਆਨ ਦੇ ਦਿੱਤੇ ਜਿਹਦੇ ਕਰਕੇ ਕਾਫੀ ਚਰਚੇ ਚੱਲ ਰਹੇ ਨੇ? ਅਸਲ 'ਚ ਪ੍ਰਤਾਪ ਸਿੰਘ ਬਾਜਵਾ ਹੋਰਾਂ ਨੇ ਗੱਲ ਕੀਤੀ ਕਿ ਜਿਹੜਾ ਇਸ ਵੇਲੇ ਮਾਹੌਲ ਆ ਨਾ, ਉਹ ਕਹਿੰਦੇ ਜੀ ਮਾਹੌਲ ਇਹ ਆਮ ਆਦਮੀ ਪਾਰਟੀ ਦੇ ਖਿਲਾਫ ਆ। ਉਹ ਕਹਿੰਦੇ ਆਮ ਆਦਮੀ ਪਾਰਟੀ ਦੇ 45 ਦੇ ਕਰੀਬ ਵਿਧਾਇਕ ਇਸ ਵੇਲੇ ਬੀਜੇਪੀ ਦੇ ਸੰਪਰਕ ਦੇ ਵਿੱਚ ਆ, ਤੇ ਕਿਸੇ ਵੀ ਵੇਲੇ ਸਰਕਾਰ ਡਿੱਗ ਸਕਦੀ ਹੈ। ਇਸ ਗੱਲ ਦੇ ਉੱਤੇ ਹਰਪਾਲ ਸਿੰਘ ਚੀਮਾ ਨੇ ਜਿਹੜੇ ਉਹਨਾਂ ਨੇ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ। ਉਹ ਕਹਿੰਦੇ ਵੀ ਕਾਂਗਰਸ ਦੇ ਵਿੱਚ ਰਹਿ ਕੇ ਤੁਹਾਨੂੰ ਬੀਜੇਪੀ ਦੀਆਂ ਇੰਨੀਆਂ ਜਾਣਕਾਰੀਆਂ ਕਿਵੇਂ ਆ? ਪਹਿਲਾਂ ਬਾਜਵਾ ਸਾਹਿਬ ਕਹਿੰਦੇ ਹੁੰਦੇ ਸੀ ਕਿ ਇੰਨੇ ਦਰਜਨ ਵਿਧਾਇਕ ਸਾਡੇ ਸੰਪਰਕ ਦੇ ਵਿੱਚ ਆ, ਹੁਣ ਉਹ ਕਹਿੰਦੇ ਵੀ ਇੰਨੇ ਦਰਜਨ ਵਿਧਾਇਕ ਬੀਜੇਪੀ ਦੇ ਸੰਪਰਕ ਦੇ ਵਿੱਚ ਸਰਕਾਰ ਡਿੱਗ ਜਾਣੀ ਆ। ਤੇ ਹਰਪਾਲ ਸਿੰਘ ਚੀਮਾ ਨੇ ਗੱਲ ਕਹੀ ਆ, ਉਹ ਕਹਿੰਦੇ ਵੀ ਕਦੇ ਵੀ ਦੇਖੋ ਸਮਾਂ ਆ ਸਕਦਾ ਵੀ 14 ਕੁ ਪੌੜੀਆਂ, ਇਹ ਜਦੋਂ 14 ਪੌੜੀਆਂ ਚੜ੍ਹ ਗਏ ਤੇ ਬੀਜੇਪੀ 'ਚ ਸ਼ਾਮਿਲ ਹੋ ਜਾਣਗੇ। ਇਹਨਾਂ ਦਾ ਭਰਾ ਤੇ ਇਹ ਆਪ ਇੱਕੋ ਘਰ ਦੇ ਵਿੱਚ ਰਹਿੰਦੇ ਆ, ਆਪਦੀਆਂ ਪੌੜੀਆਂ ਚੜ੍ਹ ਕੇ ਭਰਾ ਵਾਲੀਆਂ ਪੌੜੀਆਂ ਚੜ੍ਹਨਗੀਆਂ, 14 ਪੌੜੀਆਂ ਬਣਦੀਆਂ, ਜਿੱਦਾਂ ਚੜ੍ਹ ਗਏ ਬੀਜੇਪੀ ਚਲੇ ਜਾਣਗੇ। ਅੱਛਾ, ਨਾਮਜ਼ਦਗੀ ਪੇਪਰਾਂ ਬਾਰੇ ਕੀ ਰਿਪੋਰਟ ਆ? ਦੇਖੋ ਜੀ, 7 ਅੱਜ ਕਾਗਜ਼ ਰੱਦ ਹੋਏ, 7 ਦੇ ਕਾਗਜ਼ ਰੱਦ ਹੋਏ ਆ, 16 ਦੇ ਕਾਗਜ਼ ਪਾਸ ਹੋਏ ਆ। ਯਾਨੀ ਕਿ ਇਸ ਵੇਲੇ 1 ਦਰਜਨ ਤੇ 4 ਜਣੇ, ਕੁੱਲ 16 ਜਣੇ ਜਲੰਧਰ ਜ਼ਮੀਨੀ ਚੋਣ ਦੇ ਲਈ ਮੈਦਾਨ ਦੇ ਵਿੱਚ ਆ। 23 ਜਣੇ ਨੇ ਕਾਗਜ਼ ਦਾਖਲ ਕੀਤੇ ਸੀ, ਤੇ ਹੁਣ ਜਿਹੜੇ 16 ਜਣੇ ਆ ਇਹ ਭਾਈ ਹੁਣ ਜੀ ਜਾਨ ਨਾਲ ਬਾਜ਼ੀ ਲਾਉਣਗੇ। ਮੁਕਾਬਲੇ 'ਚ ਮੁੱਖ ਤੌਰ ਦੇ ਉੱਤੇ 3 ਪਾਰਟੀਆਂ, ਉਹਦੇ 'ਚ ਕਾਂਗਰਸ, ਆਮ ਆਦਮੀ ਪਾਰਟੀ ਤੇ ਬੀਜੇਪੀ, ਚੌਥਾ ਅਕਾਲੀ ਦਲ। ਇਹ ਗੱਲ ਕਹਿੰਦੇ ਜੀ ਅਸੀਂ ਵੀ ਕਮਾਲਾਂ ਕਰ ਦੇਣੀਆਂ, ਚਲੋ ਉਹ ਕਹਿ ਦੇਣਗੇ, ਪਰ ਕਮਾਲ ਵਾਲੀ ਗੱਲ ਇਹਦੇ 'ਚ ਹੈ ਨਹੀਂ ਹਾਲੇ। ਚਲੋ ਵੇਹਨੇ ਭਾਈ ਉਹ ਕਿੰਨੀ ਵੋਟ ਲੈ ਕੇ ਜਾਂਦੇ ਆ, ਕੀ ਬਣਦਾ ਕੀ ਨਹੀਂ ਬਣਦਾ, ਪਰ ਆਮ ਆਦਮੀ ਪਾਰਟੀ ਇਸ ਚੋਣ ਨੂੰ ਥਿਨ ਸਾਹਿਬ ਏਦਾਂ ਸੀਰੀਅਸ ਹੋ ਕੇ ਲੜ ਰਹੀ ਹੈ ਵੀ ਜਿਵੇਂ 58 ਉਹਨਾਂ ਦੇ ਕੋਲੇ ਵਿਧਾਇਕ ਹੈਗੇ ਆ, 59 ਚਾਹੀਦਾ ਸਰਕਾਰ ਬਣਾਉਣ ਦੇ ਲਈ। ਉਹ ਸੀਰੀਅਸ ਹੋ ਕੇ ਚੋਣ ਲੜ ਰਹੇ ਵੀ ਇਹ ਚੋਣ ਅਸੀਂ ਜਿੱਤਣੀ ਜਿੱਤਣੀ ਆ। ਤੇ ਭਗਵੰਤ ਮਾਨ ਹੋਰਾਂ ਨੇ ਤਾਂ ਇਹ ਵੀ ਗੱਲ ਕਹੀ ਆ ਵੀ ਸਾਡੇ 92 ਵਿਧਾਇਕ ਸੀ, ਇਸ ਸਾਲ ਦੇ ਦਸੰਬਰ ਮਹੀਨੇ ਤੱਕ ਅਸੀਂ 95 ਕਰ ਲੈਣੇ ਆ। ਉਹ ਕਹਿੰਦੇ ਵੀ 3 ਹੋਰ ਆ ਜਾਣੇ ਆ, ਜਿਹੜੀਆਂ 4 ਥਾਵਾਂ 'ਤੇ ਚੋਣਾਂ ਹੋਣਗੀਆਂ 3 ਹੋਰ ਆ ਜਾਣੇ ਆ। ਅੱਛਾ, ਦਿੱਲੀ ਦੀ ਮੰਤਰੀ ਆਤਸ਼ੀ ਜਿਹੜੀ ਬੈਠੀ ਆ ਭੁੱਖ ਹੜਤਾਲ 'ਤੇ, ਉਹਦਾ ਕਿੰਨਾ ਭਾਰ ਘੱਟ ਗਿਆ? 2.25 ਕਿਲੋ ਭਾਰ ਘਟਿਆ ਸਿੰਘ ਸਾਹਿਬ। ਦੇਖੋ ਗੱਲ ਇਹ ਜੀ ਕਿ ਆਤਸ਼ੀ ਬਿਲਕੁਲ ਉਵੇਂ ਆ ਜਿਵੇਂ ਕਿ ਕਿਸੇ ਵੇਲੇ ਕੇਜਰੀਵਾਲ ਦੇ ਸਭ ਤੋਂ ਨੇੜਲਿਆਂ ਦੇ ਵਿੱਚੋਂ ਮਨੀਸ਼ ਸਿਸੋਦੀਆ ਹੁੰਦੇ ਸੀ, ਹੁਣ ਸਿਸੋਦੀਆ ਵੀ ਤਿਹਾੜ ਦੇ ਵਿੱਚ ਹੈ, ਕੇਜਰੀਵਾਲ ਵੀ ਤਿਹਾੜ ਦੇ ਵਿੱਚ ਹੈ, ਤੇ ਜਿਹੜੀ ਆਤਸ਼ੀ ਆ ਉਹ ਇਸ ਵੇਲੇ ਭਰੋਸੇਯੋਗਾਂ ਦੇ ਵਿੱਚੋਂ ਇੱਕ ਆ। ਆਤਸ਼ੀ ਦੇ ਵੱਲੋਂ ਲਗਾਤਾਰ ਇਸ ਗੱਲ 'ਤੇ ਹੜਤਾਲ ਕੀਤੀ ਜਾ ਰਹੀ ਹੈ ਕਿ ਦਿੱਲੀ ਦਾ ਜਿਹੜਾ ਪਾਣੀ ਆ ਉਹ ਰੋਕਿਆ ਜਾ ਰਿਹਾ ਹਰਿਆਣੇ ਦੇ ਵੱਲੋਂ। ਉਹਨਾਂ ਨੇ ਇਸ ਗੱਲ ਕਰਕੇ ਹੜਤਾਲ ਸ਼ੁਰੂ ਕੀਤੀ ਆ, ਉਹ ਕਹਿੰਦੇ ਜੀ ਹਰਿਆਣੇ ਦੇ ਵੱਲੋਂ ਜਿੰਨੀ ਦੇਰ ਤੱਕ ਦਿੱਲੀ ਨੂੰ ਉਹਦੇ ਹਿੱਸੇ ਦਾ ਪਾਣੀ ਨਹੀਂ ਛੱਡਿਆ ਜਾਂਦਾ ਉਨੀ ਦੇਰ ਤੱਕ ਉਹ ਕਹਿੰਦੀ ਜੀ ਮੈਂ ਹੜਤਾਲ ਦੇ ਉੱਤੇ ਰਹਿਣਾ। ਹੁਣ 2-3 ਦਿਨਾਂ ਦੇ ਵਿੱਚ ਕਹਿੰਦੇ ਜੀ ਉਹਦਾ ਭਾਰ 2.25 ਕਿਲੋ ਘਟ ਗਿਆ, ਤੇ ਅੱਜ ਆਮ ਆਦਮੀ ਪਾਰਟੀ ਵਾਲੇ ਕਹਿੰਦੇ ਜੀ ਉਹਨਾਂ ਨੂੰ ਡਾਕਟਰਾਂ ਨੇ ਕਿਹਾ ਵੀ ਹਸਪਤਾਲ 'ਚ ਦਾਖਲ ਹੋ ਜਾਓ, ਤੁਹਾਡੀ ਸ਼ੂਗਰ ਦੀ ਸਮੱਸਿਆ ਵੀ ਆ ਜਾਣੀ ਆ, ਪਰ ਉਹ ਕਹਿੰਦੇ ਨਾ ਆਤਸ਼ੀ ਆ ਜਿਹੜੀ ਉਹਦੇ ਵੱਲੋਂ ਤਾਂ ਉਨੀ ਦੇਰ ਤੱਕ ਸੰਘਰਸ਼ ਕੀਤਾ ਜਾਊਗਾ ਜਿੰਨੀ ਦੇਰ ਤੱਕ ਇਸ ਮਸਲੇ 'ਤੇ ਫੈਸਲਾ ਨਹੀਂ ਹੁੰਦਾ ਜੀ।
ਹਰਿਆਣੇ ਵਾਲੇ ਵਾਕਈ ਦਿੱਲੀ ਦਾ ਪਾਣੀ ਰੋਕ ਰਹੇ ਨੇ? ਦੇਖੋ ਜੀ, ਉਹ ਕਹਿੰਦੇ ਆ, ਕਹਿੰਦੇ ਜੀ ਦੇਖੋ ਸਾਡੇ ਹਿੱਸੇ ਦਾ ਪਾਣੀ ਹੈ ਜਿਹੜਾ ਉਹ ਮੁੜਿਆ ਨਹੀਂ ਜਾ ਰਿਹਾ, ਅਤੇ ਸਾਡੇ ਕਹਿੰਦੇ ਜੀ ਇੱਥੇ ਦਿੱਲੀ ਦੇ ਵਿੱਚ ਟੈਂਕਰ ਮਾਫੀਆ ਬਹੁਤ ਪੈ ਗਿਆ। ਉੱਥੇ ਦਿੱਲੀ ਦੇ ਵਿੱਚ ਤਿੰਨ ਸਭ ਟੈਂਕਰ ਮਾਫੀਆ ਹੈਗਾ ਵੀ ਇੰਨੇ ਵੱਡੇ ਪੱਧਰ 'ਤੇ ਆ ਵੀ ਜਿਹੜਾ ਟੈਂਕਰ ਪਹਿਲਾਂ 1500 ਦਾ ਹੁੰਦਾ ਸੀ ਪਾਣੀ ਦਾ, 1000 ਦਾ, 1200 ਦਾ ਹੁੰਦਾ ਸੀ, ਹੁਣ 6-6 ਹਜ਼ਾਰ ਰੁਪਈਏ ਦੇ ਵਿੱਚ ਟੈਂਕਰ ਇੱਕ ਪਾਣੀ ਦਾ ਵਿਕ ਰਿਹਾ। ਉੱਥੇ ਜੇਕਰ ਤੁਸੀਂ ਟੈਂਕਰ ਮੰਗਾਉਣਾ, ਹੁਣ ਪਾਣੀ ਦੀ ਕਿੱਲਤ ਬਹੁਤ ਆ, ਤੁਸੀਂ ਫਲੱਸ਼ ਵੀ ਜਾਣਾ, ਤੁਸੀਂ ਨਹਾਉਣਾ ਵੀ ਆ, ਹੋਰ ਵੀ ਕੰਮ, ਲੀੜੇ ਵੀ ਧੋਣੇ ਆ, ਉਹਦੇ ਲਈ ਟੈਂਕਰ ਤੁਹਾਡਾ ਇੱਕ ਜੇਕਰ ਪਾਣੀ ਦਾ ਲੱਗਦਾ 6-6 ਹਜ਼ਾਰ ਦੇ ਵਿੱਚ 6500-6500 ਰੁਪਈਏ ਦੇ ਵਿੱਚ ਇੱਕ ਟੈਂਕਰ ਮਿਲ ਰਿਹਾ ਜੀ। ਫਿਰ ਉਹ ਟੈਂਕਰ ਕਿੱਥੇ ਰੱਖਦੇ, ਕਿੱਥੇ ਨੇ, ਫਿਰ ਸਟੋਰ ਕਿਵੇਂ ਕਰਦੇ ਪਾਣੀ? ਉਹ ਦੇਖੋ ਜੀ, ਉਹ ਕਹਿੰਦੇ ਵੀ ਇੱਕ ਟੈਂਕਰ ਤੁਹਾਡੇ ਕੋਲੇ ਭਰਿਆ ਅਸੀਂ ਖੜਾ ਕਰ ਗਏ ਹਾਂ, ਜਿਵੇਂ ਆਪਾਂ ਸਿਲੰਡਰ ਨਹੀਂ ਹੁੰਦਾ ਗਾ ਘਰ ਦੇ ਵਿੱਚ ਸਿਲੰਡਰ ਵੀ ਇੱਕ ਸਿਲੰਡਰ ਖਾਲੀ ਲੈ ਗਏ ਤੇ ਭਰਿਆ ਸਿਲੰਡਰ ਦੇ ਗਏ ਜੀ। ਤੇ ਉਹ ਟੈਂਕਰ ਚ ਕਿੰਨਾ ਕੁ ਪਾਣੀ ਆ ਜਾਂਦਾ ਜੀ? ਟੈਂਕਰ ਪਾਣੀ ਤੋਂ ਵਿੱਚ ਕਾਫੀ ਹੁੰਦਾ ਜੀ, ਪਰ ਇਹ ਆ ਵੀ ਜਿਵੇਂ ਆਪਾਂ ਇੱਕ ਟੈਂਕੀ ਜਿਹੜੀ ਵੱਡੀ ਭਰ ਲੈਂਦੇ ਹਾਂ, ਜਿਹੜੀ ਕਿ ਆਮ ਤੌਰ ਦੇ ਉੱਤੇ ਘਰਾਂ ਦੇ ਵਿੱਚ 1000 ਲੀਟਰ ਦੀ ਟੈਂਕੀ ਹੁੰਦੀ ਆ ਜੀ, ਇਹਦੇ ਚ 10,000 ਲੀਟਰ ਪਾਣੀ ਵੀ ਹੁੰਦਾ। ਤੁਸੀਂ 5,000 ਲੀਟਰ ਵਾਲਾ ਟੈਂਕਰ ਲੈਣਾ, ਤੁਸੀਂ 20,000 ਲੀਟਰ ਵਾਲਾ ਲੈਣਾ, ਤੁਸੀਂ 10,000 ਲੀਟਰ ਵਾਲਾ ਟੈਂਕਰ ਲੈਣਾ, ਇਹ ਤੁਹਾਡੀ ਮਰਜ਼ੀ ਹੈ ਜੀ। ਅੱਛਾ, ਉਹ ਪੀਣ ਦਾ ਪਾਣੀ ਆ, ਪੀਣ ਦੇ ਯੋਗ ਆ? ਹਾਂ, ਪੀਣ ਯੋਗ ਵੀ ਹੈਗਾ ਜੀ, ਪੀਣ ਵਾਲੇ ਪਾਣੀ ਦਾ ਭਾਅ ਵੱਖਰਾ, ਰੋਜ਼ ਬਰਾ ਦੀ ਵਰਤੋਂ ਵਾਲੇ ਪਾਣੀ ਦਾ ਭਾਅ ਵੱਖਰਾ ਜੀ। ਅੱਛਾ, ਸੋ ਇਹ ਇੱਕ ਮਾਫੀਆ ਬਣਿਆ ਹੋਇਆ ਜਿਹੜਾ ਸਪਲਾਈ ਕਰਦਾ ਹੈ ਜੀ? ਬਿਲਕੁਲ ਜੀ, ਬਿਲਕੁਲ ਮਾਫੀਆ ਜੀ, ਜਿਵੇਂ ਕਿ ਪੰਜਾਬ ਦੇ ਵਿੱਚ ਰੇਤ ਮਾਫੀਆ, ਜਿਵੇਂ ਪੰਜਾਬ ਦੇ ਵਿੱਚ ਹੋਰ ਵੱਖ ਵੱਖ ਕਿੱਤਿਆਂ ਦਾ ਮਾਫੀਆ, ਦਿੱਲੀ ਵਰਗੀ ਮਹਾਂਨਗਰ ਜਿਹੜੇ ਆ, ਬੰਬੇ ਦੇ ਵਿੱਚ ਵੀ ਇੱਦਾਂ, ਕਲਕੱਤੇ ਦੇ ਵਿੱਚ ਵੀ ਇੱਦਾਂ, ਇੱਥੇ ਪਾਣੀ ਮਾਫੀਆ ਬਹੁਤ ਵੱਡੇ ਪੱਧਰ 'ਤੇ, ਉਹਨਾਂ ਦੇ ਪਾਣੀ ਦੇ ਟੈਂਕਰ ਚੱਲਦੇ, ਜਿਵੇਂ ਆਪਾਂ ਕਹਿੰਦੇ ਕਿ ਫਲਾਣੇ ਦੀਆਂ ਰੇਤ ਦੀਆਂ ਖੱਡਾਂ ਚੱਲਦੀਆਂ, ਉਵੇਂ ਦਿੱਲੀ ਦੇ ਵਿੱਚ ਇਹ ਜੀ ਕਿ ਫਲਾਣੇ ਬੰਦੇ ਦੇ ਪਾਣੀ ਦੇ ਟੈਂਕਰ ਇੰਨੇ ਚੱਲਦੇ ਆ ਜੀ। ਉੱਥੇ ਜੀ ਗ੍ਰਹਿ ਮੰਤਰੀ, ਉੱਥੇ ਕੇਜਰੀਵਾਲ ਦੀ ਸਰਕਾਰ, ਦਿੱਲੀ ਦੇ ਵਿੱਚ ਦਿੱਲੀ ਰਾਜਧਾਨੀ ਹੈ, ਇਹਨਾਂ ਦੇ ਨੱਕ ਹੇਠ ਇਸ ਤਰ੍ਹਾਂ ਕਿਵੇਂ ਹੋਈ ਜਾਂਦਾ? ਕੋਈ ਪ੍ਰਬੰਧ ਨਹੀਂ, ਕੋਈ ਇਨਫੋਰਸਮੈਂਟ ਨਹੀਂ ਹੋ ਰਹੀ? ਬਿਲਕੁਲ ਜੀ, ਬਿਲਕੁਲ, ਇਹ ਤੁਹਾਡੀ ਗੱਲ ਸਹੀ ਆ, ਪਰ ਗੱਲ ਜੀ ਪਾਣੀ ਤਾਂ ਹਰ ਬੰਦੇ ਦੀ ਜ਼ਰੂਰਤ ਆ, ਬੰਦਾ ਪਾਣੀ ਬਲੈਕ ਦੇ ਵਿੱਚ ਵੀ ਲਊਗਾ, ਬੰਦੇ ਕੋਲੇ ਜਿਹਦੇ ਕੋਲੇ ਪੈਸੇ ਹੈਗੇ ਪਾਣੀ ਲਊਗਾ, ਪਾਣੀ ਆਉਂਦਾ ਨਹੀਂ ਉੱਥੇ, ਪਾਣੀ ਜੇਕਰ ਆਉਂਦਾ ਤਾਂ ਬਹੁਤ ਥੋੜ੍ਹਾ ਆਉਂਦਾ। ਕੇਜਰੀਵਾਲ ਦੇ ਵੱਲੋਂ ਜੇਲ੍ਹ ਦੇ ਵਿੱਚੋਂ ਚਿੱਠੀ ਜਾਰੀ ਕੀਤੀ ਗਈ ਸੀ ਕੁਝ ਸਮਾਂ ਪਹਿਲਾਂ ਕਿ ਮੇਰੀ ਗੈਰ ਹਾਜ਼ਰੀ ਦੇ ਵਿੱਚ ਇਕੱਲੀ ਇਕੱਲੀ ਗਲੀ ਮੁਹੱਲੇ ਤੱਕ, ਸਲੰਮ ਏਰੀਏ ਤੱਕ ਵੀ ਪਾਣੀ ਪਹੁੰਚਣਾ ਚਾਹੀਦਾ, ਪਰ ਉਸ ਤਰੀਕੇ ਨਾਲ ਪਾਣੀ ਪਹੁੰਚ ਵੀ ਸਕਿਆ ਜੀ। ਅੱਛਾ, ਪੰਜਾਬ ਦੇ ਰਾਜਪਾਲ ਮਿਲੇ ਆ ਗ੍ਰਹਿ ਮੰਤਰੀ ਨੂੰ, ਕੀ ਗੱਲ ਹੋ ਗਈ? ਦੇਖੋ ਜੀ, ਬਨਵਾਰੀ ਲਾਲ ਪੁਰੋਹਿਤ ਉਹ ਵੈਸੇ ਤਾਂ ਸ਼ਿਸ਼ਟਾਚਾਰ ਦੀ ਮੀਟਿੰਗ ਕਰਕੇ ਆਏ ਆ, ਉਹਨਾਂ ਨੇ ਕੋਈ, ਮੇਰਾ ਖਿਆਲ ਨਹੀਂ ਕਿ ਇਹਦੇ ਕੋਈ ਬਹੁਤ ਵੱਡੇ ਅਰਥ ਹੋਣਗੇ, ਪਰ ਹਾਂ ਉਹਨਾਂ ਨੇ ਇਹ ਗੱਲ ਜ਼ਰੂਰ ਕਹੀ ਹੈ ਵੀ ਭਾਈ ਪੰਜਾਬ ਦੇ ਅਤੇ ਚੰਡੀਗੜ੍ਹ ਦੇ ਰਾਜਨੀਤਿਕ ਹਾਲਾਤ ਦੇ ਬਾਰੇ ਮੈਂ ਚਰਚਾ ਕਰਕੇ ਆਇਆ, ਪੰਜਾਬ ਦੇ ਵਿੱਚ ਚੰਡੀਗੜ੍ਹ ਦੇ ਵਿੱਚ ਕਾਨੂੰਨ ਦੀ ਵਿਵਸਥਾ ਕਿਵੇਂ ਹੈ ਇਹਦੇ ਬਾਰੇ ਗੱਲ ਕੀਤੀ ਹੈ ਜੀ। ਅੱਛਾ, ਅਕਾਲੀ ਦਲ ਦੇ ਵਿੱਚ ਫੁੱਟ ਦੀਆਂ ਖਬਰਾਂ ਆਈ ਜਾ ਰਹੀਆਂ, ਹੁਣ ਚਰਨਜੀਤ ਸਿੰਘ ਬਰਾੜ ਹੋਰਾਂ ਦੀ ਸਟੇਟਮੈਂਟ ਆਈ ਸੀ, ਪਹਿਲਾਂ ਕਈ ਕਿਸਮ ਦੇ ਇਹੋ ਜਿਹੇ ਲੀਡਰ ਸਨ, ਉਹ ਕੀ ਰਿਹਾ ਅਕਾਲੀ ਦਲ 'ਚ ਹੁਣ ਮੌਜੂਦਾ ਕੀ ਸਿਚੁਏਸ਼ਨ ਹੈ? ਦੇਖੋ ਜੀ, ਅਕਾਲੀ ਦਲ ਦੇ ਵਿੱਚ ਸਿੰਘ ਸਾਹਿਬ ਸਭ ਕੁਝ ਚੰਗਾ ਨਹੀਂ ਹੋ ਰਿਹਾ, ਅਕਾਲੀ ਦਲ ਦੇ ਵਿੱਚ ਬਹੁਤ ਕੁਝ ਗਲਤ ਅਤੇ ਬਹੁਤ ਕੁਝ ਮਾੜਾ ਵੀ ਹੋ ਰਿਹਾ। ਚਰਨਜੀਤ ਸਿੰਘ ਬਰਾੜ ਆ ਜਿਹੜੇ ਸੁਖਬੀਰ ਬਾਦਲ ਦੇ OSD ਆ, ਅਤੇ ਚਰਨਜੀਤ ਸਿੰਘ ਬਰਾੜ ਆ ਜਿਹੜੇ ਉਹਨਾਂ ਨੂੰ ਪਿਛਲੇ ਦਿਨੀ ਪਾਰਟੀ ਦੇ ਵਿੱਚੋਂ ਕੱਢਣ ਦੇ ਚਰਚੇ ਸੀਗੇ, ਪਰ ਬਾਅਦ ਦੇ ਵਿੱਚ ਭੜਕ ਗਏ ਉਹ। ਉਹਨਾਂ ਨੇ ਇਹ ਗੱਲ ਕਹੀ ਕਿ ਭਾਈ ਇੱਥੇ ਪਰਮਬੰਸ ਸਿੰਘ ਬੰਟੀ ਰਮਾਣਾ ਵਰਗੇ ਲੋਕ ਆ ਜਿਹੜੇ ਉਹ ਇਸ ਵੇਲੇ ਪ੍ਰਧਾਨ ਸਾਹਿਬ ਨੂੰ ਗੁੰਮਰਾਹ ਕਰਕੇ ਤੇ ਪਾਰਟੀ ਦਾ ਭੱਠਾ ਬਿਠਾ ਗਏ, ਉਹਨਾਂ ਨੇ ਇਹ ਦੋਸ਼ ਲਾਉਣੇ ਸ਼ੁਰੂ ਕਰਤੇ। ਹੁਣ ਉਸ ਤੋਂ ਅਗਲੀ ਗੱਲ ਮਹੱਤਵਪੂਰਨ ਆ ਗਈ,
ਬੰਟੀ ਰਮਾਣਾ ਨੇ ਇਹ ਗੱਲ ਕਹਿਤੀ, ਉਹ ਕਹਿੰਦੇ ਜੀ ਚਰਨਜੀਤ ਬਰਾੜ ਪਹਿਲਾਂ ਸੀ ਕਿ ਘੜੂਪਾ ਚਲਾਉਂਦਾ ਹੁੰਦਾ ਸੀ ਤੇ ਭੇਡਾਂ ਚਾਰਦਾ ਹੁੰਦਾ ਸੀ, ਇਸ ਤੋਂ ਇਲਾਵਾ ਹੈ ਕੁਝ ਨਹੀਂ ਸੀ। ਸੋ ਜਿਹੜੀ ਇਹ ਨਿੱਜੀ ਜੰਗ ਚੱਲ ਰਹੀ ਹੈ ਸ਼ਬਦਕ ਜੰਗ, ਇਹਦੇ ਉੱਤੇ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਇੱਕ ਪੈਸੇ ਦੀ ਟਿੱਪਣੀ ਨਹੀਂ ਕੀਤੀ ਗਈ। ਨਾ ਉਹ ਬਰਾੜ ਦੇ ਖਿਲਾਫ਼ ਬੋਲੇ, ਨਾ ਬੰਟੀ ਦੇ ਖਿਲਾਫ਼ ਬੋਲੇ, ਨਾ ਬੰਟੀ ਦੇ ਪੱਖ 'ਚ ਬੋਲੇ, ਨਾ ਬਰਾੜ ਦੇ ਪੱਖ ਦੇ ਵਿੱਚ ਬੋਲੇ। ਸੋ ਇਹ ਬਿਲਕੁਲ ਇਸ ਵੇਲੇ ਚੁੱਪ ਆ, ਤੇ ਜਿਹੜੇ ਪਾਰਟੀ ਦੇ ਵਰਕਰ ਆ ਉਹ ਇਸ ਵੇਲੇ ਛਸ਼ੋ ਪੰਜ ਦੇ ਵਿੱਚ ਆ ਵੀ ਪ੍ਰਧਾਨ ਸਾਹਿਬ ਗਏ ਕਿੱਥੇ, ਬੋਲਦੇ ਕਿਉਂ ਨਹੀਂ ਗਏ ਜੀ। ਤੇ ਬਾਕੀ ਹਿਮਾਚਲ ਦੇ ਤੇ ਪੰਜਾਬ ਦੇ ਟੈਕਸੀ ਡਰਾਈਵਰਾਂ ਨੇ ਏਕਾ ਕਰ ਲਿਆ ਹੁਣ? ਹਾਂ ਬਿਲਕੁਲ ਜੀ, ਚੰਗੀ ਗੱਲ ਆ। ਦੇਖੋ ਇਹ ਏਕਾ ਕਰਨਾ ਮਾੜੀ ਨਹੀਂ ਮੈਨੂੰ ਗੱਲ ਲੱਗੀ, ਉਹਦਾ ਕਾਰਨ ਹੈ ਜੀ ਕਿ ਵਾਰ ਵਾਰ ਖਬਰਾਂ ਆਉਂਦੀਆਂ ਜੀ ਕਿ ਪੰਜਾਬ ਦੇ ਟੈਕਸੀ ਡਰਾਈਵਰ ਆ ਜਿਹੜੇ ਉਹ ਹਿਮਾਚਲ 'ਚ ਕੁੱਟੇ ਗਏ, ਤੇ ਰੋਪੜ ਦੇ ਇੱਕ ਟੈਕਸੀ ਡਰਾਈਵਰ ਨੂੰ ਕੁੱਟਿਆ ਵੀ ਆ ਜਿਹੜੀ ਜਾਣਕਾਰੀ ਆਈ ਆ ਹਿਮਾਚਲ ਦੇ ਵਿੱਚ, ਹੁਣੇ ਜਾਣਕਾਰੀ ਪ੍ਰਾਪਤ ਹੋਈ ਹੈ ਨਵੀਂ। ਉਹ ਕਹਿੰਦੇ ਜੀ ਕਿ ਉੱਥੇ ਹਿਮਾਚਲ ਦੇ ਟੈਕਸੀ ਯੂਨੀਅਨ ਨੇ ਤੇ ਪੰਜਾਬ ਦੀ ਟੈਕਸੀ ਯੂਨੀਅਨ ਨੇ ਆਪਸ 'ਚ ਸਮਝੌਤਾ ਕਰ ਲਿਆ, ਮਤਾ ਪਾਸ ਕਰ ਲਿਆ ਵੀ ਜੇਕਰ ਪੰਜਾਬ ਦੇ ਕਿਸੇ ਵੀ ਟੈਕਸੀ ਡਰਾਈਵਰ ਨੂੰ ਹਿਮਾਚਲ ਦੇ ਵਿੱਚ ਕੋਈ ਦਿੱਕਤ ਆਉਂਦੀ ਹੈ ਕਿਸੇ ਵੀ ਤਰ੍ਹਾਂ ਦੀ, ਤਾਂ ਜਿਹੜੀ ਹਿਮਾਚਲ ਦੀ ਟੈਕਸੀ ਯੂਨੀਅਨ ਉਹਦੀ ਮਦਦ ਕਰੂਗੀ, ਜੇਕਰ ਹਿਮਾਚਲ ਵਾਲੇ ਨੂੰ ਪੰਜਾਬ 'ਚ ਕੋਈ ਦਿੱਕਤ ਆਉਂਦੀ ਤਾਂ ਫਿਰ ਪੰਜਾਬ ਵਾਲੇ ਮਦਦ ਕਰਨਗੇ ਜੀ। ਵਟਸਐਪ ਕਾਲ ਤੇ ਜਿਹੜੀ ਫਰੌਤੀ ਮੰਗਣ ਦੀ ਘਟਨਾ ਸੀ ਉਹਦਾ ਕੀ ਬਣਿਆ ਜੀ? ਇਹ ਦੁੱਖ ਹੁੰਦਾ ਜੀ, ਦੇਖੋ ਇਸ ਵੇਲੇ ਨਾ ਚੋਰ ਤੇ ਕੁੱਤੀ ਕਿਵੇਂ ਰਲੇ ਹੋਏ ਆ। ਨਕੋਦਰ ਦੇ ਵਿੱਚ ਇੱਕ ਸਾਬਕਾ ਅਕਾਲੀ ਕੌਂਸਲਰ ਦਾ ਮੁੰਡਾ ਉਹਨੂੰ ਅਗਵਾਹ ਕਰ ਲਿਆ, ਤੇ ਫਰੌਤੀ ਮੰਗਣ ਵਾਲੇ ਜਿਹੜੇ ਉਹਨੇ ਅਗਵਾਹ ਕੀਤਾ, ਉਹਨਾਂ ਨੇ ਮੁੰਡੇ ਦੇ ਵਟਸਐਪ ਕਾਲ ਤੋਂ ਕੀਤੀ, ਵਟਸਐਪ ਤੋਂ ਕੀਤੀ ਕਾਲ ਉਹਨੇ ਘਰੇ ਵੀ ਇੰਨੇ ਪੈਸੇ ਸਾਡਾ ਬੰਦਾ ਲੈਣ ਆਊਗਾ ਤੇ ਫਿਰ ਛੱਡਾਂਗੇ। ਪਰ ਉਹ ਪਤਾ ਨਹੀਂ ਕੋਈ ਡੀਲ ਬਣੀ ਨਹੀਂ ਜਾਂ ਡਰ ਗਏ ਜਾਂ ਕੀ ਹੋਇਆ ਤੇ ਮੁੰਡੇ ਨੂੰ ਕਿਤੇ ਹੋਰ ਛੱਡ ਕੇ ਉਹ ਭੱਜ ਗਏ। ਹੁਣ ਪੁਲਿਸ ਦੇ ਵੱਲੋਂ ਇਸ ਮਾਮਲੇ 'ਚ ਤਿੰਨ ਜਣੇ ਗ੍ਰਿਫਤਾਰ ਕੀਤੇ ਗਏ ਆ, ਜਿਨ੍ਹਾਂ ਦੇ ਵਿੱਚੋਂ ਕਮਾਲ ਦੀ ਗੱਲ ਹੈ ਜੀ, ਇੱਕ ਜਾਣਾ ਹੋਮਗਾਰਡ ਦਾ ਜਵਾਨ ਆ, ਉਹ ਵੀ ਨਕੋਦਰ ਦੇ ਵਿੱਚ ਹੀ ਨੌਕਰੀ ਕਰਦਾ ਹੈਗਾ। ਸੋ ਹੋਮਗਾਰਡ ਦੇ ਜਵਾਨ ਸਮੇਤ ਤਿੰਨ ਜਣੇ ਗ੍ਰਿਫਤਾਰ ਕੀਤੇ ਗਏ ਜੀ। ਤੇ ਬਾਕੀ ਝੋਨੇ ਦੀ ਲਵਾਈ ਕਿਵੇਂ ਚੱਲ ਰਹੀ ਹੈ ਜੀ, ਤੇ ਕਿਹੜਾ ਵਰਾਇਟੀ ਕਿਹੜੀ ਬੀਜੀ ਜਾ ਰਹੀ ਹੈ? ਦੇਖੋ ਜੀ, ਵਰਾਇਟੀਆਂ ਵੱਖ ਵੱਖ ਲੋਕ ਆ ਜਿਹੜੇ ਵੱਖੋ ਵੱਖਰੀਆਂ ਬੀਜੀ ਜਾਂਦੇ ਆ, ਪਰ ਗੱਲ ਇਹ ਕਿ ਮੁੱਖ ਮੰਤਰੀ ਨੇ ਵੀ ਇਹ ਗੱਲ ਕਹੀ ਆ ਤੇ ਹੋਰ ਨਾਲ ਵੀ ਕਈਆਂ ਨੇ ਕਿ ਜਿਹੜੀ ਘੱਟ ਪਾਣੀ ਪੀਵੇ ਤੇ ਜਿਹੜੀ 85 ਕਿਰਨ ਦੇ ਵਿੱਚ ਫਸਲ ਪੱਕ ਜੇ, 3 ਮਹੀਨੇ 'ਚ ਪੱਕ ਜੇ ਉਹ ਬੀਜੋ, ਪਰ ਲੋਕ ਆਪੋ ਆਪਣਾ ਸੂਤ ਲਾਉਂਦੇ, ਮੰਨਦੇ ਮੁੰਡੇ ਤਾਂ ਕਿਸੇ ਦੀ ਹੈ ਨਹੀਂ। ਦੂਜੀ ਗੱਲ ਸਿੰਘ ਸਰ ਇਹ ਆ ਵੀ ਝੋਨੇ ਦੀ ਲਵਾਈ ਦਾ ਕੰਮ ਤਾਂ ਚਲੋ ਜ਼ੋਰਾਂ ਦੇ ਉੱਤੇ ਆ, ਦੁੱਖ ਇਸ ਗੱਲ ਦਾ ਵੀ ਕਿਸਾਨ ਪਾਣੀ ਦੀ ਬਰਬਾਦੀ ਵੀ ਬਹੁਤ ਕਰ ਰਹੇ ਆ। ਹੁਣ ਕਿਸੇ ਨੂੰ ਲੱਗੂਗਾ ਵੀ ਕਿਸਾਨ ਨੂੰ ਐਂ ਕਿਉਂ ਕਹਿੰਦੇ ਆ, ਕਹਿਣਾ ਵੀ ਚਾਹੀਦਾ ਜਿੱਥੇ ਗਲਤ ਉੱਥੇ ਗਲਤ ਆ। ਦੇਖੋ ਇਹ ਗੱਲ ਸੱਚੀ ਆ ਵੀ ਭਾਈ ਜਿਹੜੀਆਂ ਬਦਲਵੀਆਂ ਫਸਲਾਂ ਦੇ ਲਈ ਸਰਕਾਰ ਕਰਦੀ ਕੁਝ ਨਹੀਂ, ਪਰ ਇਹਦਾ ਮਤਲਬ ਇਹ ਨਹੀਂ ਕਿ ਜੇਕਰ ਖੇਤ ਵਿਹਲਾ ਪਿਆ ਤੇ ਆਪਾਂ ਉਹਦੇ ਵਿੱਚ ਜਿਵੇਂ ਝੀਂਗਾ ਜਿਹੜਾ ਛੱਡਣਾ ਹੁੰਦਾ ਤੇ ਇਸ ਤਰੀਕੇ ਨਾਲ ਉਹਦੇ 'ਚ ਤਲਾਬ ਬਣਾ ਲਈਏ। ਹਾਲੇ ਕਈ ਥਾਵਾਂ ਦੇ ਉੱਤੇ ਸਭ ਝੋਨੇ ਦੀ ਲਵਾਈ ਸ਼ੁਰੂ ਹੋਣੀ ਆ ਕਈ ਥਾਵਾਂ ਤੇ, ਜਾਂ ਕਿਸੇ ਦੀ ਪਨੀਰੀ ਛੋਟੀ ਆ, ਜਾਂ ਕਿਤੇ ਹਾਲੇ ਇਜਾਜ਼ਤ ਨਹੀਂ ਹੈਗੀ। ਉਹ ਆਪਦੇ ਖੇਤ ਦੇ ਵਿੱਚ ਲਗਾਤਾਰ 8-8 ਘੰਟੇ ਪਿਛਲੇ 10 ਦਿਨਾਂ ਤੋਂ ਮੋਟਰ ਛੱਡੀ ਬੈਠੇ ਆ। ਅੱਗੇ ਆਪਾਂ ਇੱਕ ਕਿੱਲੇ ਦੇ ਵਿੱਚ 4-4, 5-5, 7-7 ਕਿਆਰੇ ਪਾਉਂਦੇ ਹੁੰਦੇ ਸੀ, ਮੰਨ ਲਓ ਅੱਧੇ ਕਿਆਰੇ ਨੂੰ ਪਾਣੀ ਲੱਗ ਗਿਆ ਤੇ ਫਿਰ ਉਸ ਤੋਂ ਬਾਅਦ ਮੋਟਰ ਚਲੀ ਗਈ, ਬਿਜਲੀ ਚਲੀ ਗਈ, ਤਾਂ ਫਿਰ ਉਹ ਅੱਧੇ ਕਿਆਰੇ ਨੂੰ ਪਾਣੀ ਲਾ ਕੇ ਫਿਰ ਜਿਹੜੇ ਬਾਕੀ ਖਾਲੀ ਵੱਲ ਜਾਂਦਾ ਸੀ। ਹੁਣ 3-3 ਕਿੱਲਿਆਂ ਦਾ 1 ਕਿਆਰਾ ਪਾਇਆ ਕਈਆਂ ਨੇ, 2-2 ਕਿੱਲੇ ਦਾ 1 ਕਿਆਰਾ ਪਾਇਆ ਵੀ ਮੋਟਰ ਮੁਫ਼ਤ ਦੇ ਵਿੱਚ ਆ, 8 ਘੰਟੇ ਬਿਜਲੀ ਆਉਂਦੀ ਆ ਤੇ ਖੇਤ ਦੇ ਵਿੱਚ ਤਲਾਬ ਬਣੇ ਪਏ ਆ। ਸੋ ਪਾਣੀ ਦੀ ਬਰਬਾਦੀ ਵੀ ਜ਼ੋਰਾਂ ਦੇ ਉੱਤੇ ਹੈਗੀ ਹੈ ਜੀ। ਤੇ ਪੰਜਾਬ ਦਾ ਮੌਸਮ ਕਿਹੋ ਜਿਹਾ ਜੀ? ਪੰਜਾਬ ਦਾ ਮੌਸਮ ਠੀਕ ਆ ਜੀ, ਅੱਜ ਪੰਜਾਬ ਦੇ ਵਿੱਚ ਲਗਭਗ 43 ਡਿਗਰੀ ਟੈਂਪਰੇਚਰ ਸੀ। ਪੰਜਾਬ ਦੇ ਵਿੱਚ ਮੀਂਹ ਕਣੀ ਦੇ ਕਰਕੇ 4-5 ਡਿਗਰੀਆਂ 6 ਡਿਗਰੀਆਂ ਟੈਂਪਰੇਚਰ ਥੱਲੇ ਆਇਆ ਸੀ, ਪਰ ਕੱਲ੍ਹ ਤੋਂ ਪੰਜਾਬ ਦੇ ਵਿੱਚ ਗਰਮੀ ਨੇ ਫਿਰ ਜ਼ੋਰ ਫੜਨਾ ਸ਼ੁਰੂ ਕਰਤਾ ਜੀ। ਰਿਣਾ ਜੀ ਬਹੁਤ ਮਿਹਰਬਾਨੀ, ਸ਼ੁਕਰੀਆ। ਮਿਹਰਬਾਨੀ।